ਦੇ ਸਾਹਮਣੇ ਵੇਖ ਲਓ ਕੀ ਰੌਲਾ ਪੈ ਗਿਆ ਹੋਇਆ। ਇੱਧਰ ਯੁਵਾ ਨੇਤਾ ਸਾਹਿਬ ਆ ਗਏ ਨੇ ਜਿਨ੍ਹਾਂ ਨੂੰ ਕੁਛ ਨਹੀਂ ਪਤਾ, ਅਤੇ ਮੈਨੂੰ ਇਹ ਨਹੀਂ ਉਹ ਤੁਸੀਂ ਮਤਲਬ ਕਿਸ ਤਰ੍ਹਾਂ ਇਲੈਕਸ਼ਨ ਖੜੇ ਕਿੱਦਾਂ ਹੋ ਸਕਦੇ? ਤੁਹਾਨੂੰ ਤਾਂ ਲਾਗੋ ਬਿਠਾ ਨਹੀਂ ਸਕਦਾ ਕੋਈ ਜਿੱਦਾਂ ਤੁਹਾਡੀ ਜਗ੍ਹਾ। ਅਤੇ ਅਸੀਂ ਬਹਿਣਾ ਵੀ ਨਹੀਂ ਚਾਹੁੰਦੇ ਜੀ, ਅਸੀਂ ਲੋਕਾਂ ਲਈ ਖੜੇ ਹੋ ਕੇ ਕੰਮ ਕਰਨਾ ਚਾਹੁੰਦੇ ਹਾਂ। ਵਾਹ ਵਾਹ, ਫਿਰ ਪਲਸਤਰ ਕਰਿਆ ਕਰੋ ਲੋਕਾਂ ਦੀਆਂ ਕੰਧਾਂ 'ਤੇ, ਖੜੇ ਹੋ ਕੇ ਹੁੰਦਾ ਜਿੱਥੋਂ ਤੱਕ ਬਾਂਹ ਜਾਵੇ। ਕਰਤਾ ਲੈਣਾ ਪਰ ਹੱਥ ਪੱਟ ਜਾਂਦੇ ਆ। ਵਾਹ ਜੀ ਵਾਹ, ਹੱਥ ਨਾਲ ਨਹੀਂ ਕਾਂਡੀ ਨਾਲ ਕਰਨਾ ਹੁੰਦਾ, ਟੁੱਟੀ ਕਾਂਡੀ ਵਰਗਾ ਮੂੰਹ ਆ ਤੇਰਾ, ਹੱਥ ਨਾਲ ਪਲਸਤਰ ਕੌਣ ਕਰਦਾ ਬਈ? ਇੱਕ ਮਿੰਟ ਭਰਾ, ਇਹਨੂੰ ਵੀ ਗੱਲ ਆਈ, ਪਲਸਤਰ ਦੀ ਗੱਲ ਮੈਂ ਪਿਛਲੀ ਕੰਧ 'ਤੇ ਵੀ ਕਰਾ ਲਓ ਜੀ। ਵਾਹ ਜੀ ਵਾਹ, ਪਿਛਲੀ ਕੰਧ 'ਤੇ ਜਿਹੜਾ ਨਿੱਕਾ ਜਿਹਾ ਮੋਰ ਨਹੀਂ ਹੈਗਾ ਜਿੱਥੇ ਵੱਡਾ ਚੂਹਾ ਰਹਿੰਦਾ ਜੀ, ਉਸ ਚੂਹੇ ਵਰਗਾ ਮੂੰਹ ਆ, ਮੋਰ ਵਰਗਾ ਇਹਦਾ ਆ, ਸਮਝ ਆਈ ਤੈਨੂੰ? ਹਾਏ ਮੇਰੇ ਬਿਦਾਲੇ ਕਦੇ ਹੋ ਜਾਂਦੇ ਸਰ ਤੁਸੀਂ? ਪੁੱਤਰ ਤੇਰੇ ਦੁਆਲੇ ਕਿੱਥੋਂ ਆਇਆ ਮੈਂ? ਸਰ ਵੈਸੇ ਦੁਆਲਾ ਆਪਣੇ ਆਪ ਹੀ ਨਿਕਲ ਜਾਂਦਾ। ਵੈਸੇ ਇਹਨਾਂ ਨੂੰ ਪੁੱਛੋ ਕਿ ਲਾਸਟ ਟਾਈਮ ਜਦੋਂ ਇਹਨਾਂ ਦੀ ਵੋਟਿੰਗ ਹੋਈ ਹੈ ਕਿੰਨੀਆਂ ਵੋਟਾਂ ਪਈਆਂ ਇਹਨਾਂ ਨੂੰ। ਹਾਂ ਇਹ ਤਾਂ ਦੱਸੋ ਕਿ ਤੁਸੀਂ ਵਾਕਈ ਕੋਈ ਇਲੈਕਸ਼ਨ ਇਲੂਕਸ਼ਨ ਜਿੱਤੇ ਹੀ ਹੋ ਜਾਂ ਹਜੇ ਤੱਕ? ਪਿਛਲੀ ਵੋਟਿੰਗ 'ਚ ਮੈਨੂੰ 372 ਵੋਟਾਂ ਪਈਆਂ। ਰਹਿਣ ਦੋ ਝੂਠ ਬੋਲੇ ਸਰ, ਇਹਨਾਂ ਨੂੰ ਸਿਰਫ 30 ਵੋਟਾਂ ਪਈਆਂ ਨੇ, ਤੇ ਬਾਕੀ ਕੀਟਾਂ ਪਈਆਂ ਸੀ ਉਹ ਵੀ ਇਹਨਾਂ ਦੇ ਰਿਸ਼ਤੇਦਾਰ ਸੀਗੇ। ਵਾਹ ਜੀ ਵਾਹ, ਤੇ ਰਿਸ਼ਤੇਦਾਰ ਵੀ ਵੋਟਾਂ ਹੀ ਪਾਉਂਦੇ ਆ ਜੀ? ਉਸ ਤੋਂ ਪਿਛਲੀ ਵਾਰੀ ਨਹੀਂ ਪਤਾ ਲੱਗਾ ਜਦੋਂ ਇਹ ਹਾਰਿਆ, ਇਹ ਹਾਰਿਆ ਤੇ ਘੱਟੋ ਘੱਟ 3000 ਬੰਦਾ ਇਹਦੇ ਘਰ ਅਫਸੋਸ ਕਰਨ ਲੱਗਾ ਕਿ ਭਾਈ ਹਾਰ ਗਏ, ਇਹ ਚੁੱਕੇ ਇੱਟਾਂ ਮਾਰਨ ਲੱਗ ਪਿਆ, ਕਹਿੰਦਾ ਇੰਨੇ ਜਣੇ ਅਫਸੋਸ ਕਰਨ ਆ ਗਏ, ਜੇ ਇੰਨੇ ਜਣੇ ਵੋਟਾਂ ਪਾਉਂਦੇ ਤਾਂ ਮੈਂ ਚਿੱਤ ਨਹੀਂ ਜਾਣਾ। ਆਹ ਹਾਲ ਹੀ ਇਹਦਾ, ਇਹੀ ਹੋਇਆ ਸੀ ਨਾ ਪਿਛਲੀ ਵਾਰ। ਇੱਕ ਮਿੰਟ ਖਲੋ, ਤੇਰੇ ਨਾਲ ਗੱਲ ਕਰਦਾ। ਝੂਠ ਤੇ ਝੂਠ, ਝੂਠ ਮਾਰਨਾ ਸਾਡਾ ਕੰਮ ਹੈ, ਮੇਰਾ ਮਤਲਬ ਹੋਰ ਕਿਸੇ ਦਾ ਕੰਮ ਹੈ। ਸੱਚ ਆ ਰਿਹਾ ਜੀ। ਵਾਹ ਜੀ ਵਾਹ, ਆ ਰਿਹਾ ਆ ਰਿਹਾ, ਇਹਦੀ ਸ਼ਕਲ ਵਾਂਗੂ ਸੱਚ ਬਾਹਰ ਆ ਰਿਹਾ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ? ਤੁਹਾਡਾ ਹੀ ਖਿਆਲ ਆ ਜੀ। ਅੱਜ ਜਿਉਣਾ ਬੜਾ ਯਾਦ ਕਰਦਾ ਰਹਿੰਦਾ ਤੁਹਾਨੂੰ। ਜਿਉਣੇ ਨੂੰ ਮੈਂ ਸਦਾ ਯਾਦ ਕਰ ਰਹੀ, ਜਿਉਣਾ ਇੱਕੋ ਹੀ ਯਾਦ ਕਰਦਾ, ਮੈਂ ਦਿਹਾੜੀ ਦਾ ਫਿਰ ਕਿੰਨੀ ਵਾਰੀ ਯਾਦ ਕਰਦੀ। ਨਹੀਂ ਇਹ ਅੱਜ ਕੱਲ੍ਹ ਜ਼ਿਆਦਾ ਕਰਨ ਲੱਗ ਪਿਆ, ਕਹਿੰਦਾ ਆਂਟੀ ਨੇ ਮੈਨੂੰ ਮੇਰੇ ਨਾਲ ਗੱਲ ਕੀਤੀ ਹੈ ਇੱਕ ਵਾਰੀ ਕਿ ਜਿਉਣੇ ਵਾਸਤੇ ਮੈਂ ਕੁੜੀ ਲੱਭਾਂਗੀ, ਤੇ ਉਸ ਤੋਂ ਬਾਅਦ ਗੱਲ ਹੀ ਨਹੀਂ ਛੱਡੀ। ਬਈ ਇਹ ਤਾਂ ਤੁਹਾਡੀ ਗਲਤ ਗੱਲ ਆ, ਖੜ ਕਿੰਨੀਆਂ ਕੁ ਤੁਸੀਂ ਕੁੜੀਆਂ ਲਾਈਨਾਂ 'ਚ ਲਾ ਲੈਂਦੇ ਹੋ, ਕਿਤੇ ਲੱਭ ਜੀ ਲਈ ਮੁੰਡੇ ਲੱਭ ਲੈਂਦੇ। ਮੈਂ ਨਹੀਂ ਲਾਇਆ ਕਿਸੇ ਨੂੰ ਵੀ ਲਾਈਨ 'ਚ, ਮੈਂ ਆਪਣੀ ਕੁਰਸੀ ਤੇ ਬੈਠਾ, ਮੈਂ ਕਿਉਂ ਲਾਈਨ 'ਚ ਲੱਗਣਾ ਜਾਂ ਲਾਣਾ ਕਿਸੇ ਨੂੰ? ਅੱਛਾ ਪਾਲੀ, ਆ ਨੇਤਾ ਜੀ ਕਿਹੜੇ ਆਏ ਨੇ? ਕਾਂਗਰਸ ਪਾਰਟੀ ਦੇ ਲੱਗਦੇ ਨੇ। ਨਹੀਂ ਜੀ ਸਾਡੇ ਵੱਲੋਂ ਸਾਨੂੰ ਕੋਈ ਪਤਾ ਨਹੀਂ। ਛਿੰਦੇ ਮੇਰੇ ਪੀਏ ਨੂੰ ਅੰਦਰ ਭੇਜ ਦੇ। ਵਾਹ ਜੀ ਵਾਹ, ਭੇਜ ਦੇ ਭੇਜ ਦੇ ਭੇਜ ਦੇ। ਇਹ ਕਾਂਗਰਸ ਪਾਰਟੀ ਜਾਂ ਕਿਸੇ ਵੀ ਹੋਰ ਪਾਰਟੀ ਦਾ ਅਸੀਂ ਨਾਂ ਨਹੀਂ ਲੈ ਸਕਦੇ, ਉਹ ਸਾਨੂੰ ਨਹੀਂ ਪਤਾ। ਇਹ ਬਰਥਡੇ ਪਾਰਟੀ ਤੋਂ ਹੈ ਜੀ, ਇਹ ਯੂਵਾ ਹੈ ਜੀ, ਯੂਵਾ ਕਹਿੰਦਾ ਯੂਵਾ ਜੀ। ਹਾਂ ਅੱਛਾ, ਇਹ ਯੂਵਾ ਹੈ, ਯੂਵਾ ਨੇਤਾ। ਅੱਧੇ ਘੰਟੇ ਮੇਰੀ ਟਿਕਟ ਹੋਈ ਸੀਗੀ ਕੈਨੇਡਾ ਦੀ, ਅੱਧੇ ਘੰਟੇ ਚ। ਵਾਹ ਜੀ ਵਾਹ, ਲਓ ਜੀ ਦੇਖੋ ਮੁੰਡੇ ਦੀ ਗੱਲ। ਤਾਂ ਹੀ ਤਾਂ ਬਿੱਲੂ ਟਿਕਟਾਂ ਵਾਲਾ ਬਣ ਕੇ ਸਾਡੀ ਲਵ ਜੀ ਗਵਾਤੀ ਉਦਣ ਦੀ। ਹਾਂ ਕਰ ਗੱਲ, ਦਸ ਯਾਰ ਕਿੱਦੇ ਜੀ, ਸੋਰੀ ਤੈਨੂੰ ਆਖਿਆ, ਤੂੰ ਬੜੇ ਪਾਪੜ ਵੇਲਦਾ, ਇੱਕ ਨਹੀਂ ਵੇਲਦਾ ਤੂੰ, ਬਹੁਤ ਪਾਪੜ ਵੇਲਦਾ। ਉਹ ਪਹਿਲੇ ਇਹਨਾਂ ਦਾ ਅੰਮ੍ਰਿਤਸਰ ਪਾਪੜ ਵੜੀਆਂ ਦਾ ਕੰਮ ਸੀ ਨਾ, ਤਾਂ ਵੇਲਦਾ, ਤਾਂ ਹੀ ਫਿਰ ਭੁੱਸ ਪੈ ਗਿਆ ਇਹਨੂੰ। ਹਾਂਜੀ ਹਾਂਜੀ, ਤੁਸੀਂ ਇਹਦੇ ਘਰ ਡੈਡੀ ਨੂੰ ਦੇਖੋਗੇ, ਵੱਡੀ ਵੜੀ ਵਰਗਾ ਮੂੰਹ ਹੈ ਇਹਦੇ ਡੈਡੀ ਦਾ। ਅੱਛਾ ਹਾਂ, ਤੇ ਨਿੱਕੀ ਸੋਇਆਬੀਨ ਵਰਗਾ ਮੂੰਹ ਇਹਦੀ ਮੰਮੀ ਦਾ। ਮੈਂ ਜਿਉਂਿਆ। ਹਾਂਜੀ ਆਂਟੀ ਜੀ, ਤੇਰੇ ਸੰਗ 'ਚ ਕੀ ਰਹੇ ਅੜਿਆ, ਪਹਿਲਾਂ ਮੈਨੂੰ ਇਹ ਦੱਸ। ਕਿਹੜੀ ਗੱਲੋਂ ਹਾਲ ਤੂੰ ਬਣਾ ਲਿਆ, ਜਾਨੇ ਇਹਦੀਆਂ ਦੁਖਾਣੇ ਮੈਨੂੰ ਖਾ ਲਿਆ। ਇਹਦੀਆਂ ਦੁਖਾਣੇ ਕੀ, ਇਹਦਾ ਤੈਨੂੰ ਲਾਜ ਕਰਾਉਣਾ ਪੈਂਦਾ? ਜਿਵੇਂ ਰੱਬ ਰੋਟੀ ਖਾ ਰਿਹਾ ਸੀ ਤੇ ਉਹ ਕਹਿੰਦਾ ਹੁਣ ਅੰਕਲ ਜੀ ਨੱਕ ਲਾ ਦਿਓ, ਉਹਦੇ ਹੁਣ ਫੜੇ ਦਬਾਓ ਜਾ। ਗੁੱਸਾ ਨਾ ਕਰਿਓ, ਮੈਂ ਰੋਟੀ ਪਕਾਉਣ ਡਈ, ਮੈਂ ਕਿਚਨ ਚ, ਮੈਂ ਰਾਤ ਨੂੰ ਦੇਖੂਗੀ ਰਿਪੀਟ 9 ਵਜੇ। ਵਾਹੀ ਗੁੱਸਾ ਕਿਉਂ ਕਰਨਾ, ਇਹ ਦੱਸਿਆ ਤੇ ਤੁਸੀਂ ਸਾਨੂੰ ਪਤਾ ਲੱਗ ਨਹੀਂ ਤੇ ਸਾਨੂੰ ਉਹਦਾ ਪਤਾ ਵੀ ਨਹੀਂ ਲੱਗਣਾ, ਇਹਦਾ ਤੁਸੀਂ ਦੱਸਿਆ ਆਪਦੀ ਆਂਟੀ। ਹਾਂਜੀ, ਤੇ ਬਣਾਇਆ ਕੀ ਹੈ ਦੱਸੋ, ਕਿਚਨ ਚ ਤੇ ਆ ਗਏ ਹੋ ਤੁਸੀਂ? ਇੱਥੇ ਕਿਹੜਾ ਆਉਣ ਲੱਗਾ? ਆਲੂ 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 ਗਾਜਰਾਂ ਮਟਰ ਲੈ, ਆਲੂ ਤਾਂ ਬਣਾਉਣਾ ਉਹਦਾ, ਬਣੇ ਬਣਾਏ ਨਿਕਲਦੇ ਜ਼ਮੀਨ ਚੋਂ, ਮੇਥੀ ਪਾ ਕੇ ਬਣਾਏ, ਹੱਥਾਂ ਨਾਲ ਬਣਾਏ ਨੇ ਕਾਕਾ। ਇਹਨਾਂ ਨੇ ਵੀ ਪਿੰਡੀਆਂ ਬਣਾਈਆਂ ਸੀ ਸਵੇਰੇ, ਲਵ ਯੂ ਹੋਣਾ ਨੇ ਕਲੇਸ਼ ਪਾ ਕੇ। ਪਰ ਆਂਟੀ ਜੀ, ਲੋਕੀ ਦਾ ਸਿਲੰਡਰ ਤੇ ਬਣਾਉਂਦੇ, ਤੁਸੀਂ ਹੱਥਾਂ ਤੇ ਬਣਾਏ? ਨਹੀਂ ਨਹੀਂ, ਮੈਂ ਹੱਥਾਂ ਨਾਲ ਸੂਜੀ ਬਣਾਈ, ਇਹਨੇ ਉਂਝ ਕਿਹਾ। ਹਾਏ 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 ਹਾਏ,
ਭਾਈ ਤੁਸੀਂ ਤੇ ਬਹੁਤ ਹੀ ਖਰਾਬ ਹੋ, ਤੁਸੀਂ ਤੇ ਮੇਰੇ ਉੱਤੋਂ ਵੀ ਚਾਰ ਰੱਤੀਆਂ ਵੱਧ ਦਵੋ। ਰੱਤੀਆਂ ਕੀ ਆ, ਚਾਰ ਫਲੋਰ ਵੱਧਦਾ ਤੁਹਾਨੂੰ ਪਤਾ ਨਹੀਂ, ਸੱਤਵੇਂ ਫਲੋਰ ਤੇ ਇਹਨਾਂ ਦਾ ਘਰ ਮੁੱਕ ਜਾਂਦਾ। ਤਾਂ ਹੀ ਆਖਿਆ। ਹਾਂਜੀ ਹਾਂਜੀ, ਚਲੋ ਜੀ ਤੁਸੀਂ ਵਧੀਆ ਰੋਟੀ ਬਣਾਓ, ਵਧੀਆ ਆਲੂ ਬਣਾਓ ਮੇਥੀ ਪਾ ਕੇ, ਠੀਕ ਹੈ ਜੀ। ਛੱਡਣਾ ਜੇ ਰੋਟੀ ਕੀ ਰਹੀ, ਖਾਓ ਆਣ ਕੇ, ਆ ਜੋ ਖਾਓ। ਕਿੱਥੇ ਸਾਡੇ ਨਸੀਬਾਂ ਚ ਆਲੂ ਮੇਥੀਆਂ, ਸਾਨੂੰ ਤੇ ਇੱਥੇ ਹੀ ਖਾਣੀਆਂ ਪੈਣੀਆਂ ਪਲੇਥੀਆਂ ਹਰੇ ਬੜੀਆਂ ਜ਼ਿਆਦਾ। ਸਾਨੂੰ ਹੁਕਮ ਕਰੋ, ਅਸੀਂ ਪੱਲੋ ਪਾ ਦਿੰਨੇ ਆ, ਅਸੀਂ ਇਹਨਾਂ ਨੂੰ ਭੇਜ ਦਿੰਨੇ ਆ। ਅੱਜ ਉਹਨੇ ਨੇ ਇੱਕ ਵਾਰੀ ਕਹਿਤਾ ਮਰੂਦ ਚੋਂ ਕੀੜਾ ਨਿਕਲ ਆਇਆ, ਕਾਲੇ ਕਰਮਾ ਵਾਲੇ ਨੇ, ਕਾਲੇ ਫੈਕਟਰੀ ਵਾਲੇ ਵੀ ਹੁੰਦੇ ਗਈ ਖਰਾਬ ਬੰਦਾ ਵਾ, ਥੋੜਾ ਨੀ ਬਹੁਤ ਜ਼ਿਆਦਾ। ਚਲੋ ਜੀ ਜਿੰਨਾ ਜਿੰਨਾ ਖਰਾਬ ਹੈ ਮੈਂ ਕੱਲ ਕਰਦਣਾ ਲਾ ਕੇ ਆਉਣਾ, ਮੈਂ ਚੰਗਾ ਬਣ ਕੇ ਆਊਂਗਾ। ਨਾ 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 ਨਾ, ਸਹੀ ਸਲਾਮਤ ਹੀ ਰਹੀ ਮੇਰਾ ਪੁੱਤ। ਮੈਂ ਖਰਾਬ ਹੀ ਰਵਾਂ ਮਤਲਬ? ਹਾਂ ਚਲੋ ਠੀਕ ਹੈ, ਜਦੋਂ ਜ਼ਿਆਦਾ ਪੁੱਤਰ ਜਾਂਦਾ ਉਦੋਂ ਮੇਰੀ ਲੋੜ ਪੈ ਜਾਂਦੀ ਹੈ ਇਸ ਰੂਪ ਦੀ, ਹੈ ਨਾ। ਸਹੀ ਗੱਲ ਸਹੀ ਗੱਲ, ਤੂੰ ਕਲਾਸ ਹੀ ਬਹੁਤ ਲਾਉਂਦਾ ਇਹਨਾਂ ਦੀ, ਨੇਤਾ ਜੀ ਤੇ ਉਹੀ ਡਰਾ ਕੇ ਖਿਲਾ ਰਿਹਾ ਵਾ। ਬਸ ਇਦਾਂ ਹੀ ਹੈ ਨਾ, ਨੇਤਾ ਜੀ ਦਾ ਤੁਹਾਨੂੰ ਪਤਾ ਨਹੀਂ, ਮੈਂ 5 ਮਿੰਟਾਂ ਹੀ ਨਹੀਂ ਲਿਆਦਣੀ ਇਹਨਾਂ ਦੀ। ਚਲੋ ਥੈਂਕ ਯੂ ਸੋ ਮਚ ਪੁੱਤਰ, ਮੈਂ ਰੋਟੀ ਰੋਟੀ ਪੈਕ ਕਰਨੀ ਆਪਣੇ ਪੁੱਤਰ ਦੀ। ਮੈਂ ਕਹਿੰਦਾ ਕਰੋ ਕਰੋ ਜੀ ਪੈਕ, ਨਾਲੇ ਸਵੀਟ ਡਿਸ਼ ਵੀ ਪਾ ਦਿਓ ਲੱਗੇ ਹੱਥ। ਬਿਲਕੁਲ ਜੀ ਬਿਲਕੁਲ।